हे प्राणनाथ गोविंद कृपा जगत गुरु हे शरीर स्वस्थ कीन समय स्मरणांत नानक राम दामोदर मद है मद है मद है मेरे सहेबा मेरे सहेबा मेरे सहेबा मेरे Guys!
Sagiva, mere
Gaye na na.
Dubde
जीअड़ा गण बराबर तपे
पीतर बगैरा जियड़ा जगन बराबर पै पीतर बगैराती प्रणवत नानक हुक्म पुछा प्रणवत नानक हुक्म पुछा सुख होवे प्रणवत नानक हुक्म पुछा सुख होवे रागे हम बजिक हज प्रभु के हैं याने मेरे राम
पैगंबरक हज प्रभु के हैं याने मेरे राम हम पैगंबरक हज प्रभु के हैं याने मेरे राम हज प्रभु के हैं याने मेरे राम हम बारिक हर प्रभु के हैं याने मेरे राम हम बारिक हर प्रभु के हैं याने मेरे राम हम बारिक हर प्रभु के हैं याने हम बारिक हर प्रभु के हैं याने मेरे राम हम बारिक हर प्रभु के हैं याने मेरे राम हम बारिक हर प्रभु के हैं याने
Give it that heart,
जगत पीते थामेंगे हम तो मेरी गलो स्वामी तुम्हें
सोई हम पावेंगे मगे दूजी नानी जिस पे Love, love, love.
ਮੇਲ ਖਾਂਦੇ ਸੀ ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ ਕਹੇ ਨਾ ਜਾਣੀ ਔਗੁਣ ਮੇਰੇ। ਇਹਦੇ ਵਿੱਚ ਬੜੀ ਪਿਆਰੀ ਬਾਤ ਹੈ। ਇੱਕ ਰਿਸ਼ਤਾ ਹੈ, ਤੇਰੇ ਗੁਣ ਵੀ ਨਹੀਂ ਕੋਈ ਜਾਣ ਸਕਦਾ, ਇਹਦਾ ਮਤਲਬ ਮੈਂ ਤੇਰੇ ਕੋਲ ਬੈਠਾ ਹਾਂ। ਦੇਖੋ, ਇਹ ਗੱਲ ਕੋਈ ਅਧੂਰਾ ਬੰਦਾ ਨਹੀਂ ਕਹਿ ਸਕਦਾ, ਮੈਂ ਤੇਰੇ ਗੁਣ ਨਹੀਂ ਜਾਣਦਾ। ਕੋਲ ਬਹਿ ਕੇ ਨਿੱਘ ਮਾਣ ਕੇ ਜਦੋਂ ਅਸਮਰਥਤਾ ਪਤਾ ਲੱਗੀ, ਵੀ ਬੜਾ ਵੱਡਾ ਹੈ, ਮੈਂ ਤਾਂ ਬੂੰਦ ਹੀ ਚੱਖੀ ਹੈ। ਕੋਲ ਬੈਠੇ ਬਗੈਰ ਨਹੀਂ ਕਹਿ ਸਕਦਾ ਕੋਈ ਬੰਦਾ ਤੂੰ ਬਹੁਤ ਵੱਡਾ। ਜਿਹਨੇ ਕੋਲ ਬੈਠ ਕੇ ਦੇਖਿਆ ਵੀ ਮੇਰੀ ਹੱਦ ਤੋਂ ਬਾਹਰ ਦੀ ਖੇਡ ਹੈ, ਫਿਰ ਕਹਿੰਦੇ ਨੇ ਕੌਣ ਜਾਣੇ ਗੁਣ ਤੇਰੇ। ਮੈਂ ਇੱਕ ਦੋ ਦੇਖੇ ਨੇ ਤੇਰੇ 'ਤੇ ਬੇਨਤੀ ਨੇ, ਮੇਰੇ ਕੋਲੋਂ ਸਾਰੇ ਨਹੀਂ ਵੇਖੇ ਜਾਂਦੇ। ਮੈਂ ਤਾਂ ਇੰਨਾ ਹੀ ਕਹਾਂਗਾ ਤੂੰ ਧੰਨ ਹੈ। ਆਪਣੇ ਵੱਲ ਵੀ ਵੇਖਿਆ, ਇਹ ਵੀ ਕੋਈ ਵਿਰਲਾ ਵੇਖਦਾ, ਸਾਰੇ ਨਹੀਂ ਵੇਖਦੇ। ਆਪਣੇ ਵੱਲ ਵੀ ਵੇਖਿਆ, ਇਹ ਵੀ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ। ਇਹ ਨਾਮ ਜਪਣ ਵਾਲਾ ਹੀ ਵੇਖ ਸਕਦਾ ਆਪਣੇ ਆਪ ਨੂੰ। ਬਿਨਾਂ ਸਤਿਗੁਰੂ ਦੀ ਅਸੀਸ ਦੇ ਬਗੈਰ ਆਪਣਾ ਮਨ ਨਹੀਂ ਦੇਖਿਆ ਜਾ ਸਕਦਾ, ਆਪਣੇ ਔਗੁਣ ਨਹੀਂ ਦੇਖੇ ਜਾ ਸਕਦੇ। ਔਗੁਣਾਂ ਨੂੰ ਦੇਖਣ ਵਾਸਤੇ ਵੀ ਨਾਮ ਜਪਣਾ ਪੈਂਦਾ, ਆਪਣੀ ਪਛਾਣ ਕਰਨ ਵਾਸਤੇ ਵੀ ਨਾਮ ਜਪਣਾ ਪੈਂਦਾ, ਬਾਣੀ ਪੜ੍ਹਨੀ ਪੈਂਦੀ। ਵਰਨਾ ਸਾਰੀ ਸਾਰੀ ਜ਼ਿੰਦਗੀ ਆਪਣੀ ਕੁਆਲੀਫਿਕੇਸ਼ਨ ਲੈ ਕੇ ਭਜਦਾ ਰਹਿੰਦਾ, ਮੈਂ ਹਾਂ ਮੈਂ ਹਾਂ, ਮੈਂ ਨਾ ਕਰਦਾ ਹੋਣਾ ਹੀ ਨਹੀਂ ਸੀ, ਮੈਂ ਹੀ ਤਾਂ ਕੀਤਾ, ਮੇਰੇ ਤੋਂ ਬਗੈਰ ਕੌਣ ਕਰ ਸਕਦਾ, ਮੇਰੇ ਜਿੰਨਾ ਕੌਣ ਕਰ ਸਕਦਾ। ਮੈਂ ਤਾਂ ਕਦੀ ਕਿਸੇ ਦਾ ਬੁਰਾ ਕੀਤਾ ਹੀ ਨਹੀਂ, ਮੈਨੂੰ ਦੁੱਖ ਆਇਆ ਕਿੱਦਾਂ। ਜਾਂ ਤੂੰ ਸਿਆਣਾ ਜਾਂ ਗੁਰਬਾਣੀ ਕਹਿੰਦੀ ਹੈ ਵੀ ਆਇਆ ਤੇ ਤਾਂ ਹੈ ਜੇ ਕੀਤਾ ਹੀ ਕੁਛ, ਬਿਨਾਂ ਕੀਤੇ ਆਇਆ ਨਹੀਂ, ਕੀਤਾ ਤੇ ਹੈ। ਹਾਂ, ਤੇਰੀ ਨਜ਼ਰ ਵਿੱਚ ਨਹੀਂ ਆਇਆ ਕਿਉਂਕਿ ਤੂੰ ਆਪਣੇ ਵੱਲ ਵੇਖਿਆ ਹੀ ਨਹੀਂ। ਜਿਹੜਾ ਆਪਣੇ ਵੱਲ ਵੇਖੇਗਾ ਉਹਨੂੰ ਪਤਾ ਲੱਗੇਗਾ ਮੈਂ ਭੈੜਾ ਹਾਂ, ਮੇਰਾ ਮਨ ਗਲਤ ਮੰਗਦਾ, ਮੈਂ ਨਾਮ ਜਪਦਾ ਪਰ ਇਹ ਕੁਛ ਹੋਰ ਮੰਗਦਾ, ਮੈਂ ਵਾਹਿਗੁਰੂ ਕਹਿੰਦਾ ਉਹਨਾਂ ਇਹ ਕਿਧਰੇ ਹੋਰ ਭੱਜਿਆ ਫਿਰਦਾ, ਇਹਦਾ ਮਤਲਬ ਮੇਰਾ ਮਨ ਗੰਦਾ। ਮੈਨੂੰ ਆਪਣੀ ਚੀਜ਼ ਨਾਲੋਂ ਦੂਜੇ ਦੀ ਚੀਜ਼ ਜ਼ਿਆਦਾ ਚੰਗੀ ਲੱਗਦੀ, ਇਹਦਾ ਮਤਲਬ ਮੇਰਾ ਮਨ ਗੰਦਾ। ਫਿਰ ਕਹਿੰਦਾ ਰੱਬਾ ਕਹੇ ਨਾ ਜਾਣੇ ਔਗਣ ਮੇਰੇ। ਮੈਂ ਕਿੰਨੇ ਕਹਾਂ, ਰੋਜ਼ ਦੇ ਹਜ਼ਾਰੋ ਲੱਖੋ, ਇੱਥੇ ਤੱਕ ਕਿ ਹਰ ਸਾਹ ਦੇ ਵਿੱਚ ਵੀ ਮੈਂ ਅਵਗਣਿਆ ਰਹਾਂ, ਹਰ ਸਾਹ ਦੇ ਵਿੱਚ ਸਾਸ ਸਾਸ ਹਮ ਭੁੱਲਣ ਹਾਰ ਤੁਮ ਸਮਰੱਥ ਅਗਣਤ ਅਪਾਰੇ ਸ਼ਰਨ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲਾ। ਮੈਂ ਬਹੁਤ ਭੁੱਲਣ ਹਾਰ, ਇਹ ਨਾਮ ਜਪੇ ਬਗੈਰ ਪਤਾ ਹੀ ਨਹੀਂ ਲੱਗੇਗਾ ਕਿ ਮੈਂ ਭੁੱਲਣ ਹਾਰ। ਵੀ ਜਿਹਨੂੰ ਰੋਗ ਹੀ ਨਹੀਂ ਪਤਾ ਉਹ ਡਾਕਟਰ ਕੋਲ ਜਾ ਕੇ ਕਹੇਗਾ ਕਿ ਮੈਨੂੰ ਕੀ ਰੋਗ ਹੈ, ਉਹ ਜਾਏਗਾ ਵੀ ਕਿਉਂ ਡਾਕਟਰ? ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਵੀ ਮੈਨੂੰ ਰੋਗ ਲੱਗਾ, ਉਸ ਰੋਗ ਦਾ ਕਸ਼ਟ ਹੋਵੇ। ਹੁਣ ਕਈ ਵਾਰੀ ਅਸੀਂ ਬਹੁਤ ਵਿਕਾਰ ਭੋਗਦੇ ਹਾਂ, ਗਲਤ ਕੰਮ ਕਰਦੇ ਰਹਿੰਦੇ ਹਾਂ, ਲਗਾਤਾਰ ਕਰਦੇ ਹਾਂ, ਲਗਾਤਾਰ ਉਸ ਨੂੰ ਰਿਪੀਟ ਕਰਦੇ ਹਾਂ ਗਲਤ ਕੰਮ ਨੂੰ, ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਉਹ ਗਲਤ ਕੰਮ ਕੀਤਾ ਹੋਇਆ ਸਾਨੂੰ ਦੁੱਖ ਦੇ ਰਿਹਾ।
ਕਿਸੇ ਦਿਨ ਅਹਿਸਾਸ ਹੁੰਦਾ ਉਹ ਇਹ ਤੇ ਪੰਡ ਬਣ ਲਈ ਮੈਂ ਪਾਪ ਦੀ, ਫਿਰ ਰੋਂਦਾ ਇੰਨਾ ਸਮਾਂ ਮੈਨੂੰ ਸਮਝ ਹੀ ਨਹੀਂ ਆਈ, ਇੰਨਾ ਸਮਾਂ ਮੈਂ ਗਲਤ ਕੰਮ ਕੀਤਾ, ਫਿਰ ਰੋਂਦਾ ਬਖਸ਼ ਲੈ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਮੈਂ ਤਾਂ ਬਹੁਤ ਬੜੇ ਬੜੇ ਕੰਮ ਕੀਤੇ ਆ, ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਇੰਨਾ ਟਾਈਮ ਮੈਂ ਗਲਤ ਕੰਮ ਕਰਦਾ ਰਿਹਾ, ਮੈਨੂੰ ਤਾਂ ਸੋਝ ਹੀ ਨਹੀਂ ਆਈ। ਜੇ ਮੈਨੂੰ ਸੋਝ ਹੀ ਆਉਂਦੀ ਮੈਂ ਤੇਰੇ ਕੋਲ ਆ ਕੇ ਰੋਂਦਾ ਨਾ, ਡਾਕਟਰ ਕੋਲ ਦਵਾਈ ਨਾ ਲੈਂਦਾ। ਹੁਣ ਸੋਝੀ ਹੋਈ ਹੈ, ਪਤਾ ਲੱਗਾ ਵੀ ਮੇਰਾ ਕਾਮ ਉਛਾਲ ਮਾਰਦਾ, ਲੋਭ ਉਛਾਲ ਮਾਰਦਾ, ਮੋਹ ਮੇਰਾ ਲਿਮਿਟ ਤੋਂ ਬਾਹਰ ਹੋ ਗਿਆ, ਹੁਣ ਮੈਨੂੰ ਦਵਾਈ ਦੇ। ਫਿਰ ਡਾਕਟਰ ਕਹਿੰਦਾ ਵੀ ਪਰਹੇਜ਼ ਰੱਖਣਾ ਪੈਣਾ, ਇੱਦਾਂ ਦਵਾਈ ਦਿਆਂਗਾ। ਇਹ ਬਾਤ ਡਾਕਟਰ ਅਤੇ ਪੇਸ਼ੈਂਟ ਦੀ ਹੈ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੀ ਅਵਗਣ ਮੇਰੇ, ਬਖਸ਼ ਲੈ ਬਖਸ਼ ਲੈ। ਪ੍ਰਭ ਕੀ ਜੈ ਕਿਰਪਾ ਨਿਧਾਨ, ਹਰ ਗੁਣ ਗਾਵੇ ਗੇ ਹਾਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਰ ਲਾਵੇ, ਹਮ ਬਾਰਕ ਮੁਗਧ ਇਆਨ ਪਿਤਾ ਸਮਝਾਵੇਂਗੇ, ਸੁਤ ਖਿਨ ਖਿਨ ਭੂਲ ਬਿਗਾਰ ਜਗਤ ਪਿਤ ਪਾਵੇਂਗੇ, ਜੋ ਹਰ ਸਵਾਮੀ ਤੁਮ ਦਿਓ ਸੋਈ ਹਮ ਪਾਵੇਂਗੇ, ਮੋਏ ਦੂਜੀ ਨਾਹੀਂ ਠੌਰ ਜਿਸ ਪੈ ਹਮ ਜਾਵੇਂਗੇ, ਜੋ ਹਰ ਭਾਵੈ ਭਗਤ ਤਿੰਨਾ ਹਰ ਪਾਵੇਂਗੇ, ਜੋਤੀ ਜੋਤ ਮਿਲਾਏ ਜੋਤ ਰਲ ਜਾਵੇਂਗੇ, ਹਰਿ ਆਪੇ ਹੋਏ ਕਿਰਪਾਲ ਆਪ ਲਿਵ ਲਾਵੇਂਗੇ, ਜਨ ਨਾਨਕ ਸ਼ਰਨ ਦੁਆਰ ਹਰ ਲਾਜ ਰਖਾਵੇਂਗੇ, ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਐਣੇ। ਮੈਂ ਤਾਂ ਐਣਾ ਜਿਹਾ ਨਾ ਸਮਝ ਜਿਹਾ, ਤੂੰ ਮੇਰੀ ਬਾਂਹ ਫੜ ਮੈਨੂੰ ਕਰ ਲੈ ਸਿਆਣਾ, ਤੇਰੀ ਬਾਂਹ ਫੜੀ ਹੋਵੇ ਮੈਂ ਸਿਆਣਾ ਹੋ ਜਾਵਾਂ। ਇਹ ਸਿੱਖ ਦਾ ਅਤੇ ਗੁਰੂ ਦਾ ਰਿਸ਼ਤਾ ਹੈ, ਅਰਦਾਸ ਕਰਦਾ ਰਹਿੰਦਾ ਸਤਿਗੁਰੂ ਮੇਰੀ ਬਾਂਹ ਫੜ ਲੈ, ਮੇਰੇ ਬਿੱਖ ਦੀ ਬਾਂਹ ਫੜ ਲੈ, ਮੈਨੂੰ ਅੰਮ੍ਰਿਤ ਕਰ ਲੈ, ਤੂੰ ਅੰਮ੍ਰਿਤ ਹੈ ਮੈਂ ਬਿੱਖ ਹਾਂ ਮੈਨੂੰ ਸਵਾਰ ਲੈ। ਇਹ ਅਰਦਾਸ ਦੇ ਸ਼ਬਦ ਨੇ। ਇਹ ਤਾਂ ਨਿਕਲਦੀ ਹੈ ਜਦੋਂ ਕੋਈ ਗੁਰੂ ਵਾਲਾ ਬਣ ਕੇ ਰੋਜ਼ ਰੋਜ਼ ਸਤਿਗੁਰੂ ਕੋਲ ਬਹਿੰਦਾ, ਫਿਰ ਇੱਕ ਰਿਸ਼ਤਾ ਗੰਢਦਾ, ਇੱਕ ਪਿਆਰ ਬਣਦਾ, ਫਿਰ ਅੰਦਰ ਦੀਆਂ ਗੱਲਾਂ ਗੁਰੂ ਨਾਲ ਸਾਂਝ ਕਰਦਾ। ਇੱਦਾਂ ਨਹੀਂ ਕੋਈ ਕਹਿ ਸਕਦਾ ਕਹੇ ਨਾ ਜਾਣੀ ਅਵਗੁਣ ਮੇਰੇ, ਉਹ ਕਹਿੰਦਾ ਮੇਰਾ ਤੇਰਾ ਰਿਸ਼ਤਾ ਕੀ ਹੈ। ਜਦੋਂ ਰਿਸ਼ਤਾ ਬਣ ਜਾਂਦਾ ਫਿਰ ਕਹਿੰਦਾ ਮੈਂ ਬੌਰਾ ਮੈਂ ਪਾਗਲ, ਮੇਰੀ ਬਾਂਹ ਫੜ ਲੈ ਮੈਨੂੰ ਸਵਾਰ ਲੈ, ਇਹ ਰਿਸ਼ਤਾ ਬਣਾਉਣ ਆਏ ਹਾਂ ਅਸੀਂ, ਗੁਰੂ ਜੀ ਸਾਡੀ ਬਾਂਹ ਫੜ ਲਓ, ਸਾਨੂੰ ਆਪਣਾ ਬਣਾ ਲਓ। ਮੇਰੇ ਰਾਮ ਹਮ ਬਾਰਕ ਹਜ ਪ੍ਰਭ ਕੇ ਆਣੇ, ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਆਣੇ, ਮੇਰੇ ਰਾਮ ਧੰਨ ਧੰਨ ਗੁਰੂ ਗੁਰ ਸਤ ਗੁਰ ਸ ਜਿਨ ਹਰ ਉਪਦੇਸ਼ ਦੇਤੀਏ ਸਿਆਣੇ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ, ਮੇਰੇ ਰਾਮ ਹਮ ਬਾਰਕ ਹਜ ਪ੍ਰਭ ਕੇ ਹੈ ਆਣੇ, ਮੇਰੇ ਰਾਮ
ਹੰਬਾ